ਵਿਚਾਰਾ ਨੌਕਰ ਆਦਮੀ ਉਹਨੂੰ ਕੀ ਤਮੀਜ਼ ਹੋ ਸਕਦੀ ਕਿ ਤੁਹਾਡੇ ਨਾਲ ਕਿਸ ਤਰ੍ਹਾਂ ਗੱਲ ਕਰਨੀ ਸਰ ਕੋਈ ਐਸੀ ਗੱਲ ਨਹੀਂ ਡੰਗ ਲਓ ऐसा जो भी मत वजी है गई वेखी जांदा पिछे लटकन दे आजे ध्यान कर ध्यान माफ कर दे छड़ दियो मेरे मुंह नु छड़ दियो कोई नहीं कर तेरे मुंह नु के छड़ दियो तू इथे लंबरदार लगा पया चबल जई ना होवे ता ऐ बकवा के वेखदा है ध्यान कर ध्यान ना के ही होए चूचा देखो चूचा किवे बना जा और ना के हसदा हसदा केड़ी गनु है हसदा केड़ी गनु है की होया जनाब ना के ओ चूचा 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 एक वारी लिखी है इस तरह वाली बकवास की थी समझ नहीं आउंदी तन्नू समझ नहीं आउंदी के गल कर तमीज ना नहीं कर करता चूचा जनाब थल्ले रखी थल्ले ले जनाब थल्ले ले अबे जगे ना आई कुकड़ के बकवास है ओ जनाब चूचा कुकड़ दा पुत्र और गालड़ दा पुत्र होना चूचा दादे दा के ना आई सील कुकड़ पर दादे दा के ना आई जल कुकड़ ते दादी दा नाम बतोखी बतोखी बकवास ना करी साहब जी तुहानू मशवरा दिया के इधर आओ ए मुछा नु इंज करके वट ना दिया करो क्यों अपनी उल्टबाज ना ना लग जाए आखरी वार्निंग हूं ना इस तरह की बकवास करी हूं जे तू गल की ना मैं सोटी तेरे हिस्सकन च वाड़नी परले चू कर सकनी तफ्तीश होगी कि मदारी हो गई ध्यान कर ध्यान इत्थे खलो इत्थे खलो ध्यान करिए बाटे सा ये बड़ी बकवास कर रहे ध्यान कर के गल ढिला पै गया काम के कर दा मुलाजमत करता मुलाजमत ते बकवास इत्थे दफाओ इत्थे दफाओ मारन घुड़े हो जी भाजी तुसी ध्यान कर ध्यान ध्यान मैं साबुन ला के बैठा ध्यान कर ਮੈਂ ਤੇਰੀਆਂ ਨਾਸਾਂ ਹੋਰ ਫੇਰ ਸਕਣੀ ਤੁਸੀਂ ਅੱਗੇ ਮੇਰੇ ਨਾਲ ਜ਼ਿਆਦਤੀ ਕੀਤੀ ਹੈ ਕਿ ਮੈਂ ਜ਼ਿਆਦਤੀ ਕੀਤੀ ਹੋਈ ਮੇਰੇ ਸਦਾ ਨੱਕ ਆਪਣੇ ਆਪ ਨੂੰ ਲਵਾ ਲਿਆ ਜੇ ਬਕਵਾਸ ਨਾ ਕਰ ਮੈਂ ਤੇਰੇ ਬੋਲ ਸਾਰੇ ਪਾੜ ਸਕਣੀ ਚਬਲ ਜਈ ਨਾ ਹੋਵੇ ਤਾਂ ਧਿਆਨ ਕਰ ਧਿਆਨ ਧਿਆਨ ਮੈਂ ਗਰਮ ਪਾਣੀ ਦਾ ਦੇਖਚਾ ਲੈ ਕੇ ਜਾਣ ਦਿਆਂ ਬੜੀ ਬਕਵਾ ਹੱਥ ਲੈ ਰੱਖੀ ਹੱਥ ਤਲੇ ਰੱਖੀ ਹੱਥ ਲੈ ਰੱਖੀ ਓਏ ਹਾਂਜੀ ਜੀ ਹੱਥ ਤਲੇ ਹੱਥ ਥੱਲੇ ਕਰਕੇ ਕਰਨਾ ਕੀ ਏ अपने तीन इंज खलो जिम्मे खुशे इंज पाए ने लगता जिम्मे जिम्मे तिले वाले होंगे ने डार्लिंग मैं कोई मैं जूता आंदियां नहीं मैं कोई मरासी तो नहीं ना पत्ते में जावे घर तिन्ने इंच लगते ने अब कुत्ते दे अब पुत्रो और परले दा मुंह वे एदा मुंह वे इंज वे एदा होंदा है अपनी बुड़ी वे अपनी बुड़ी वे जिवें मेरी बुड़ी होंदी है कोई बकवास करे ना है तू गोली मारी ते है तू कड़ी है तू मारी ते है तू कड़ी है तू मारी ते है तू कड़ी गोली मारने के केबल लाउंडे पिंड जाके दस मलंगी फड़े गए
ਕਿਹੜਾ ਤੂੰ ਮਲੰਗੀ ਕਿਹੜਾ ਤੂੰ ਮਲੰਗੀ ਓਏ ਜੀ ਮਲੰਗੀ ਤਰੰਪਟ ਵਾਲਾ ਜੀ ਹੱਥ ਲੈ ਕਰ ਧਿਆਨ ਕਰੀ ਬਾਟਰਸ ਦਾ ਤੁਹਾਡਾ ਕੀ ਨਾਂ ਹੈ ਜੀ ਸਲਮਾਨ ਲਿਖੋ ਸਲਮਾਨ ਸਲਮਾਨ ਉਹਨੇ ਮੁਸਲਮਾਨ ਲਿਖਦਾ ਦੱਸੋ ਯਾਰ ਮੀਨ ਕੱਟ ਵਿੱਚ ਮੀਨ ਕੱਟ ਤੂੰ ਵੀ ਮੇਰੇ ਆ ਤਰ੍ਹਾਂ ਹੀ ਪੜਿਆ ਉਹ ਤੇ ਵਿਚਾਰੇ ਕਿਸੇ ਵਜ੍ਹਾ ਤੋਂ ਨਹੀਂ ਪੜ ਸਕੇ ਉਹ ਕਿਉਂ ਜੀ ਬਸ ਪੁੱਤਰ ਕਮਜ਼ੋਰ ਹੀ ਏਡੇ ਸਨ ਕੈਦਾ ਖੋਲਦੇ ਸਨ ਤੇ ਉੱਤੇ ਹੀ ਡਿੱਗ ਪੈਂਦੇ ਤੇਰੇ ਅੱਗੇ ਦਿਸ ਨਾ ਬੜੀਆਂ ਗੱਲਾਂ ਭਰੀਆਂ ਪਈਆਂ ਇਹ ਜਿਹੜਾ ਤੇਰਾ ਦਿਮਾਗ ਹੈ ਨਾ ਤੇਰੇ ਦਿਮਾਗ ਦੇ ਵਿੱਚ ਗੱਲਾਂ ਦੇ ਕਨਸਤਰ ਪਏ ਮੈਂ ਅੱਲਾ ਜਾਣਦਾ ਤੈਨੂੰ ਥਾਣੇ ਲੈ ਗਿਆ ਨਾ ਮੈਂ ਤੇਰੀ ਧੁਨੀ ਦੇ ਵਿੱਚ ਗੋਲੀ ਮਾਰਨੀ ਨਿਸ਼ਾਨੇਬਾਜ਼ੀ ਤੇ ਲਾਨਤ ਬਾਈ ਮੈਂ ਨਾ ਹੱਥ ਰੱਖੀ ਅੱਜ ਹੱਥ ਮੈਂ ਧਿਆਨ ਕਰ ਲਿਖੇ ਸਲਮਾਨ ਸਲਮਾਨ ਮੀਨ ਕੱਢ ਕੇ ਅੱਗਾ ਖੜਾ ਹੋਏ ਉਸੇ ਜਨਾਜ਼ਾ ਆਉਣਾ ਲਿਖ ਸਲਮਾਨ ਹਾਂਜੀ ਹੱਥ ਥੱਲੇ ਅੱਬੇ ਦਾ ਕੀ ਨਾਂ ਹੈ ਕੁਰਬਾਨ ਲਿਖ ਕੁਰਬਾਨ ਪੂਰਾ ਲਹਾ ਕੁਰਬਾਨ ਵੇਲਾਂ ਤੋਂ ਵੇਲਾਂ ਤੋਂ ਨਹੀਂ ਗਾਡ ਡੈਮਿਟ ਮੁਲਕ ਤੋਂ ਹਾਏ ਮੁਲਕ ਤੋਂ ਵੱਡੇ ਰਾਣਾ ਸਾਹਿਬ ਬਾਰਡਰ ਤੇ ਟੈਂਕ ਦੀ ਡਿੱਗੀ ਵਜਾਉਂਦੇ ਸੀ ਨਹੀਂ ਜੀ ਉਹ ਸੰਗੀਨ ਤੇ ਪਰੌਠਾ ਡੰਗ ਕੇ ਤੇ ਬਾਰਡਰ ਤੇ ਸਾਲਣ ਮੰਗਦੇ ਸੀ ਦੇਖਿਆ ਸਰ ਤੂੰ ਵੀ ਜ਼ਰੂਰ ਹਿੱਸਾ ਪਾਵਣਾ ਕੋਈ ਚਬਲ ਜਿਹਾ ਖਵਾਲ ਲੱਗਣਾ ਸ਼ਕਲ ਨੂੰ ਹੱਥ ਲੈ ਰੱਖੀ ਹਾਂਜੀ ਲਿਖੇ ਸਲਮਾਨ ਵਲਦ ਕੁਰਬਾਨ ਸਲਮਾਨ ਵਲਦ ਕੁਰਬਾਨ ਇਰਸ਼ਾਦ ਜਿੱਲਾ ਨਾ ਪਵੀ ਸਿੱਧਾ ਖਲੋ ਨਹੀਂ ਯਾਰ ਨਹੀਂ ਯਾਰ ਨਹੀਂ ਯਾਰ ਕੀ ਹੋਇਆ ਯਾਰ ਕਿੰਨਾ 50 ਰੁਪਏ ਦੇ ਮੈਂ ਇੱਧਰ ਹੋਈ ਤੁਹਾਡੀ ਖੁਸ਼ਬੋ ਪਈ ਦੱਸਦੀ ਵੀ ਟੈਲੀਫੋਨ ਤੁਸਾਂ ਕੀਤਾ ਪਹਿਲਾ SHO ਹੈ ਜਿਹੜਾ ਸੁਣ ਕੇ ਤਫਤੀਸ਼ ਕਰ ਸ਼ਿਕਾਰੀ SHO ਬਸੰਤੇ ਖਾਨ ਇਨਸਾਨ ਬਣ ਜਾ ਮੈਂ ਤੈਨੂੰ ਦੱਸਦਾ ਜੇ ਮੈਂ ਇਸ ਕੋਲ ਤੈਨੂੰ ਮਰਵਾ ਸਕਣਾ ਧਿਆਨ ਕਰ ਧਿਆਨ ਕਰ ਉਹਨੇ ਕੀ ਮਾਰਨਾ ਵਿਚਾਰੇ ਨੇ ਜਿਹਦੀ ਆਪਣੀ ਪੈਂਟ ਢਿੱਲੀ ਹੈ ਹਾਂਜੀ ਜੀ ਟੈਲੀਫੋਨ ਮੈਨੇ ਕੀਤਾ ਥਾ ਕਰਨਾ ਚਾਹੀਦਾ ਘਰ ਦੇ ਵਿੱਚ ਕੋਈ ਪ੍ਰੋਬਲਮ ਹੋਵੇ ਥਾਣੇ ਟੈਲੀਫੋਨ ਕਰਨਾ ਚਾਹੀਦਾ ਤੇ ਕਿਹ ਨਾ ਰੱਖਿਆ ਮਾਂ ਪਿਓ ਇਸ ਸੋਹਣੇ ਨਗੀਨੇ ਦਾ ਜੀ ਨੈਣਾ ਲਿਖ ਨੈਣਾ ਨੈਣਾ ਓਏ ਉਹਨੇ ਭੈਣਾ ਲਿਖ ਦਿੱਤਾ ਜੇ ਲਿਖ ਨੈਣਾ ਲਿਖ ਨੈਣਾ ਲਿਖ ਨੈਣਾ ਕਿਵੇਂ